ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਪ ਸੋ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਅੱਜ ਸਾਡੇ ਸਾਹਮਣੇ ਇੱਕ ਵੀਡੀਓ ਆਈ ਹੈ ਜੀ, ਤੇ ਉਹ ਜ਼ਰੂਰ ਦੇਖਿਓ ਤੁਸੀਂ। ਉਹ ਬੰਦੇ ਨੇ ਕਣਕ ਦੇ ਘਟਦੇ ਹੋਏ ਝਾੜ ਦੇ ਬਾਰੇ ਤੇ ਠੇਕੇ ਵਾਧੇ ਬਾਰੇ ਗੱਲ ਕੀਤੀ ਹੈ। ਪਲੀਜ਼ ਸ਼ੇਅਰ ਐਂਡ ਸਪੋਰਟ ਕਰਿਓ, ਬਹੁਤ ਹੀ ਸਹੀ ਵੀਡੀਓ ਆ, ਪਲੀਜ਼ ਦੇਖਿਓ ਜ਼ਰੂਰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਵੀਡੀਓ ਮੈਂ ਪਾਉਣੀ ਤਾਂ ਨਹੀਂ ਸੀਗੀ ਯਾਰ, ਅੱਜ ਬਹੁਤ ਕਹਿੰਦੇ ਹੁੰਦੇ ਆ ਨਾ ਮਨ ਤੇ ਲੱਗੀ ਗੱਲ, ਉਹ ਗੱਲ ਹੋ ਗਈ। ਜ਼ਿਮੀਂਦਾਰਾਂ ਕਿੱਧਰ ਨੂੰ ਜਾਊਗਾ? ਠੇਕੇ ਤੇ ਜ਼ਮੀਨਾਂ ਲੈ ਰਿਹਾ 57000 58000 60000 64000 65000, ਬਚਦਾ ਕੀ ਹੈ ਇਹ ਵੀ ਦੇਖ ਲਓ ਯਾਰ। ਆ 6 ਕਿੱਲਿਆਂ ਦੀ ਕਣਕ ਆ ਟਰਾਲੀ 'ਚ, ਆ 6 ਕਿੱਲਿਆਂ ਦੀ ਕਣਕ ਜੀਰਾ ਬਣੀ ਪਈ ਅੱਜ। ਤੁਸੀਂ ਯਾਰ ਜ਼ਮੀਨਾਂ ਦੇ ਰੇਟ ਵਧਾਈ ਜਾਂਦੇ ਹੋ, ਠੇਕੇ ਚੱਕੀ ਜਾਂਦੇ ਹੋ, ਕਦੇ ਕਣਕ ਦਾ ਵੀ ਰੇਟ ਦੇਖ ਲਓ ਕਿੱਥੇ ਆ। 2 ਰੁਪਏ ਦੁੱਧ ਵੱਧਦਾ ਤਾਂ ਨਿਊਜ਼ਾਂ ਵਾਲੇ ਚਲਾਉਂਦੇ ਆ 20 ਰੁਪਏ ਦੁੱਧ ਵੱਧ ਗਿਆ। ਉਹ ਡੰਗਰ ਖੜੇ ਆ ਬਾਈ, ਉਹ ਡੰਗਰਾਂ ਕਰਨੀ ਵੀ ਦਿਖਾ ਦੇ। ਤੂੜੀ ਜਦੋਂ ਸਾਡੇ ਕੋਲ ਨਹੀਂ ਸੀਗੀ, ਤੂੜੀਆ ਦਾ ਰੇਟ ਸੀ 1400, ਅੱਜ ਤੂੜੀ ਆ ਗਈ ਸਾਡੇ ਕੋਲ ਤਾਂ ਅੱਜ ਤੂੜੀ ਦਾ ਰੇਟ ਹੋਇਆ ਪਿਆਗਾ 700 800 ਟਰਾਲੀ ਹੋ ਜੂਗੀ। ਤੁਸੀਂ ਮੈਨੂੰ ਵੇਚ ਕੇ ਦਿਖਾਇਓ ਜ਼ਿਮੀਂਦਾਰ, ਕੀ ਕਰਾਂਗੇ ਆਪਾਂ? ਕਾਹਦੀਆਂ ਚੌਧਰੀਆਂ, ਕਾਹਦੇ ਆਪਾਂ ਫੋਕੀਆਂ ਅੱਜ ਲਹਿਰਾਂ 'ਚ ਫਿਰਦੇ ਆ। ਜ਼ਿਮੀਂਦਾਰ ਨਹੀਂ ਰਿਹਾ, 60000 ਨੂੰ ਠੇਕੇ ਤੇ ਦਿੰਦੇ ਆ ਵੱਡੇ ਵੱਡੇ ਮਗਰ ਬੱਚ ਬੈਠੇ ਆ। ਆਈ ਰਿਕੁਐਸਟ ਟੂ NRI ਪੀਪਲਸ ਹੂ ਆਰ ਇਨ ਫੋਰਨ ਕੰਟਰੀਜ਼, ਪਲੀਜ਼ ਸੇਵ ਆਵਰ ਫੀਲਡਸ ਆਫ ਪੰਜਾਬ। ਜੇ ਅੱਜ ਵੀ ਪੰਜਾਬ ਦੀ ਗੱਲ ਨਾ ਕਰੀਏ, ਕਈ ਕਹਿਣਗੇ ਅੰਗਰੇਜ਼ੀ 'ਚ ਕਿਉਂ ਬੋਲਦਾ ਬਾਈ। ਬਾਹਰਲੇ ਲੋਕ NRI ਵੀਡੀਓ ਦੇਖਦੇ ਆ ਕਿਉਂਕਿ 100-100 ਕਿੱਲਾ, ਕਿਸੇ ਕੋਲ 50-50 ਕਿੱਲੇ ਜ਼ਮੀਨ ਨੇ ਪੰਜਾਬ ਦੀ। ਉਹ ਜ਼ਮੀਨਾਂ ਦੇ ਰੇਟ ਜਿਹੜੇ ਉਹਨਾਂ ਨੇ ਮੂਹਰੇ ਬਿਠਾਏ ਹੋਏ ਆ ਦਲਾਲ, ਉਹ ਕੋਈ 60 ਨੂੰ ਦਿੰਦਾ, ਕੋਈ 64 ਨੂੰ ਦਿੰਦਾ, ਤੇ ਮੇਰੇ ਵਰਗਾ ਕਿਸਾਨ ਉਹ 60 64 ਦੀ ਲੈ ਕੇ ਉਹ 'ਚ ਰੇਹਾਂ, ਉਹ 'ਚ ਸਪਰੇਹਾਂ ਘੋਲ ਕੇ, ਉਹ 'ਚ ਰੇਹਾਂ, ਉਹ 'ਚ ਸਪਰੇਹਾਂ ਘੋਲ ਕੇ ਮੇਰੇ ਪੰਜਾਬ ਦੀ ਸੋਨੇ ਵਰਗੀ ਮਿੱਟੀ ਨੂੰ ਜ਼ਹਿਰ ਕਰ ਰਿਹਾ। ਤੇ ਮੇਰੇ ਯਾਰ ਸੋਨੇ ਵਰਗੀ ਮਿੱਟੀ ਜਿਹਦੇ ਇੱਕ ਕਿੱਲੇ 'ਚੋਂ 25-26 ਕੁਆਂਟਲ ਕਣਕ ਦਾ ਝਾੜ ਸੀ, ਅੱਜ ਉਹ ਮਿੱਟੀ 'ਚੋਂ 15-14 ਕੁਆਂਟਲ ਦਾ ਝਾੜ ਰਹਿ ਗਿਆ। ਕੀ ਕਰੂ ਪੰਜਾਬੀ? ਕਦੋਂ ਜਾਗੋਗੇ? ਹੱਥ ਜੋੜ ਕੇ ਬੇਨਤੀ ਆ ਜ਼ਿਮੀਂਦਾਰਾਂ ਨੂੰ, ਜਿਹੜੇ ਠੇਕੇ ਚੜਾ ਕੇ ਲੈਨੇ ਹੋ ਭਰਾਵੋ, ਹਟ ਜਾਓ। ਅੱਖ ਭਰਦੀ ਆ, ਕਦੇ ਦੇਖਿਓ, ਕਦੇ ਆਪਦੇ ਜਵਾਕਾਂ ਦਾ ਭਵਿੱਖ ਦੇਖਿਓ ਪੰਜਾਬ ਦੇ ਲਈ। ਕਦੋਂ ਤੱਕ ਇਹ ਝੂਠੀਆਂ? ਉਹਨੇ 50 ਨੂੰ ਲੈ ਲਈ, ਅਗਲਾ ਕਹਿੰਦਾ ਮੈਂ 52 ਨੂੰ ਲੈਣਾ ਜੀ, ਮੈਨੂੰ ਛੱਡੋ। ਪੰਚਾਇਤਾਂ ਨੂੰ ਮਤੇ ਪਾਉਣੇ ਚਾਹੀਦੇ ਆ, ਪਿੰਡਾਂ 'ਚ ਏਕਾ ਕਰਨਾ ਚਾਹੀਦਾ। ਜੇ ਕੋਈ 50000 ਤੋਂ ਵੱਧ ਜ਼ਮੀਨ ਲੈਂਦਾ ਤਾਂ ਉਹਨੂੰ ਜੁਰਮਾਨਾ ਕਰਨਾ ਚਾਹੀਦਾ। ਜਾਗ ਜੋ ਪੰਜਾਬੀਓ ਯਾਰ। ਅੱਜ ਕਣਕ ਵੱਢੀ ਸੀ ਤਾਂ ਵੀਡੀਓ ਨਹੀਂ ਪਾਉਣੀ ਸੀ, ਪਰ ਅੱਜ ਪਾਈ ਆ ਬਹੁਤ ਦਿਨ ਬਾਅਦ। ਕੀ ਪਤਾ ਲੋਕਾਂ 'ਚ ਏਕਾ ਆ ਜੇ, ਜ਼ਮੀਨਾਂ ਜਿਹਨਾਂ ਕੋਈ ਠੇਕੇ ਤੇ ਆ ਸਸਤੀਆਂ ਲੈਣ ਲੱਗ ਜਾਣ। ਉਹ 'ਚ ਰੇਹਾਂ, ਉਹ 'ਚ ਸਪਰੇਹਾਂ ਘੋਲ ਕੇ ਮੇਰੇ ਪੰਜਾਬ ਦੀ ਸੋਨੇ ਵਰਗੀ ਮਿੱਟੀ ਨੂੰ ਜ਼ਹਿਰ ਕਰ ਰਿਹਾ। ਤੇ ਮੇਰੇ ਯਾਰ ਸੋਨੇ ਵਰਗੀ ਮਿੱਟੀ